ਰੂਪ ਨਾ ਦੇਖੈ ਨੇਤਰ ਸਾਧ ਕੀਤਾ ਹੈ ਸੰਤ ਸੰਗ ਹੇਤ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਕਲਗੀ ਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਖੰਡੇ ਦੀ ਪੌਲ ਦਿੱਤੀ ਪਰ ਇਸ ਤੋਂ ਪਹਿਲਾਂ ਇਸ ਸੁੰਦਰ ਮਹਿਲ ਦੀ ਨੀਂਹ ਰੱਖਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਬੜਾ ਵੱਡਾ ਮਾਣ ਦਿੱਤਾ ਅਤੇ ਉਹਨਾਂ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਕਰਾਰੀ ਚਪੇੜ ਮਾਰੀ ਜਦੋਂ ਪਾਤਸ਼ਾਹ ਨੇ ਬਾਣੀ ਅੰਦਰ ਬਖਸ਼ਿਸ਼ ਕੀਤੀ ਕਿ ਸੋ ਕਿਉਂ ਬੰਦਾ ਆਖੀਏ ਜਿੱਤ ਜੰਮੇ ਰਾਜਾਨ ਕਿ ਜਿਹੜੇ ਇਸਤਰੀ ਜਾਤੀ ਨੂੰ ਨੀਵਾ ਕਹਿੰਦੇ ਨੇ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੇ ਜਿੱਥੇ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜਨਮ ਦੇਣ ਵਾਲੀ ਵੀ ਇਸਤਰੀ ਹੈ ਮਾਤਾ ਗੁਜਰੀ ਜੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜੇ ਰਾਜਾ ਰਾਜਾਨ ਰਾਜ ਭਾਨ ਭਾਨ ਦੇਵਾਨ ਦੇ ਉਪਮਾ ਮਹਾਨ ਉਹ ਮਾਲਕ ਜਿਹੜੇ ਨੇ ਸੰਸਾਰ ਦੇ ਵਿੱਚ ਆ ਕੇ ਜਿਹਨਾਂ ਨੇ ਭੁੱਲੇ ਹੋਏ ਭੁੱਲੇ ਭੜਕਿਆਂ ਨੂੰ ਰਸਤੇ 'ਤੇ ਪਾਇਆ ਉਹਨਾਂ ਨੂੰ ਵੀ ਜੀਵਨ ਦੀ ਦਾਤ ਜੀਵਨ ਦਾਤ ਦੇਣ ਵਾਲੀ ਸੰਸਾਰ ਦੇ ਵਿੱਚ ਲੈ ਕੇ ਆਉਣ ਵਾਲੀ ਇਸਤਰੀ ਜਾਤੀ ਹੈ ਇਸ ਕਰਕੇ ਬੜਾ ਵੱਡਾ ਸਨਮਾਨ ਦਿੱਤਾ ਅਤੇ ਉਹੀ ਸਨਮਾਨ ਦਸਾਂ ਪਾਤਸ਼ਾਹੀਆਂ ਤੱਕ ਮੈਨੂੰ ਯਾਦ ਆ ਗਿਆ ਕਿ ਕੁੜੀ ਮਾਰ ਨੜੀ ਮਾਰ ਸਿਰ ਗੁੰਮ ਇਤਿਹਾਸਕ ਕੁਝ ਟੋਲੇ ਨੇ ਜਿਹੜੇ ਗੁਰੂ ਸਾਹਿਬ ਦੇ ਸਮੇਂ ਤੋਂ ਚੱਲੇ ਆਉਂਦੇ ਨੇ ਕਹਿੰਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਪਾਵਨ ਦਰਬਾਰ ਸਜਿਆ ਹੋਇਆ ਸੀ ਅਤੇ ਉਸ ਦਰਬਾਰ ਦੇ ਵਿੱਚ ਕਹਿੰਦੇ ਇੱਕ ਪੰਡਿਤ ਆਇਆ ਅਤੇ ਉਹ ਪੰਡਿਤ ਨੇ ਆ ਕੇ ਨਮਸਕਾਰ ਕੀਤੀ ਅਤੇ ਬੈਠ ਗਿਆ ਜਦੋਂ ਬੈਠ ਗਿਆ ਗੁਰੂ ਕੀ ਸੰਗਤ ਤੇ ਇਸ ਘਰ ਦੀ ਵਡਿਆਈ ਹੈ ਸਾਡੇ ਵਿੱਚੋਂ ਕੋਈ ਵੀ ਕਿਸੇ ਨੂੰ ਬਾਹਰ ਨਹੀਂ ਘੱਲ ਸਕਦਾ ਉਠਾ ਨਹੀਂ ਸਕਦਾ ਕਿਉਂਕਿ ਗੁਰੂ ਸਾਰਿਆਂ ਦਾ ਸਾਂਝਾ ਹੈ ਪਰ ਕਹਿੰਦੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਕੀਤਾ ਕਿ ਇਸ ਪੰਡਿਤ ਨੂੰ ਪ੍ਰੇਮ ਦੇ ਨਾਲ ਪ੍ਰੇਰਨਾ ਕਰਕੇ ਬਾਹਰ ਲੈ ਜਾਓ ਕਹਿੰਦੇ ਪੰਡਿਤ ਨੂੰ ਬਾਹਰ ਲੈ ਗਏ ਦੁਬਾਰਾ ਫਿਰ ਆ ਗਿਆ ਦੂਸਰੀ ਵਾਰੀ ਫਿਰ ਬਾਹਰ ਲੈ ਕੇ ਗਏ ਤਿੰਨ ਵਾਰੀ ਜਦੋਂ ਫਿਰ ਨਾ ਗਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਸ ਵੀ ਢੰਗ ਨਾਲ ਜਾਂਦਾ ਹੈ ਨਾ ਇਹਨੂੰ ਬਾਹਰ ਲੈ ਕੇ ਜਾਓ ਉਸ ਵੇਲੇ ਕਹਿੰਦੇ ਸਿੱਖਾਂ ਨੇ ਉਹਨੂੰ ਥੋੜ੍ਹਾ ਬਹੁਤ ਸੋਧਾ ਵੀ ਲਾਇਆ ਜੋ ਮਰਯਾਦਾ ਵੀ ਚੱਲਦੀ ਆਈ ਹੈ ਕਿਉਂਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਭਗਵਾਨ ਦਾਸ ਘੇਰੜ ਜਦੋਂ ਸ਼੍ਰੀ ਹਰਗੋਬਿੰਦ ਸਾਹਿਬ ਧਰਤ ਵਸਾਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਤੇ ਕਹਿੰਦੇ ਉਹ ਭਗਵਾਨ ਦਾਸ ਘੇਰੜ ਵਾਰ ਵਾਰ ਆਣ ਕੇ ਗੁਰੂ ਦੇ ਨਾਲ ਉੱਚੀਆਂ ਨੀਵੀਆਂ ਗੱਲਾਂ ਕਰਦਾ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਅਤੇ ਨਿਮਰਤਾ ਦੇ ਘਰ ਨੇ ਉਹਨਾਂ ਨੇ ਕੋਈ ਬਚਨ ਨਾ ਕੀਤਾ ਅਖੀਰ ਜਦੋਂ ਉਹ ਨਾ ਹਟਿਆ ਅਤੇ ਕਹਿੰਦੇ ਉਸ ਵੇਲੇ ਬਾਬਾ ਬਿਧੀ ਚੰਦ ਨੇ ਉਹਦਾ ਸੋਧਾ ਲਾਇਆ ਅਤੇ ਕਹਿੰਦੇ ਉੱਥੇ ਹੀ ਪ੍ਰਾਣ ਤਿਆਗ ਗਿਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਦੀ ਦੀਵਾਨ ਦੀ ਸਮਾਪਤੀ ਤੋਂ ਪੁੱਛਿਆ ਕਿ ਸਤਿਗੁਰੂ ਸਾਹਿਬ ਜੀ ਇਸ ਘਰ ਦੀ ਮਰਯਾਦਾ ਹੈ ਕਿ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਉਹ ਬਿਰਧ ਸਵਾਮੀ ਸੰਧਾ ਪਰ ਤੁਸੀਂ ਇਸ ਪੰਡਿਤ ਨੂੰ ਵਾਰ ਵਾਰ ਬਾਹਰ ਭੇਜਣ ਵਾਸਤੇ ਕਿਉਂ ਕਹਿੰਦੇ ਹੋ ਅਤੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਨੇ ਆਪਣੀ ਧੀ ਮਾਰੀ ਹੈ ਅਤੇ ਕੁੜੀ ਮਾਰ ਹੈ ਗੁਰੂ ਕੀ ਸੰਗਤ ਇਹ ਕੰਮ ਕਰਨ ਵਾਲਿਆਂ ਨੂੰ ਗੁਰੂ ਆਪਣੇ ਗਲ ਨਾਲ ਨਹੀਂ ਲਾਉਂਦਾ ਆਪਣੇ ਕੰਠ ਨਾਲ ਨਹੀਂ ਲਾਉਂਦਾ ਇਸ ਕਰਕੇ ਕੋਈ ਵੀ ਕੰਮ ਜਿਹੜਾ ਕਰਨਾ ਹੈ ਤੇ ਗੁਰੂ ਦੀ ਭੈ ਭਾਵਨੀ ਦੇ ਅੰਦਰ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੇ ਖੰਡੇ ਬਾਟੇ ਦੀ ਪੌਲ ਜਿਹੜੀ ਸੀ ਉੱਥੇ ਸਾਰੀਆਂ ਸੰਗਤਾਂ ਨੂੰ ਦੇਖ ਕੇ ਅਤੇ ਖਾਲਸਾ ਸਾਜਿਆ ਇਹ ਨਹੀਂ ਕਿਹਾ ਕਿ ਖਾਲਸਾ ਜਿਹੜੇ ਸਿੰਘ ਹੀ ਨੇ ਅਤੇ ਬੀਬੀਆਂ ਜਿਹੜੀਆਂ ਉਹ ਖਾਲਸਾ ਨਹੀਂ ਜਿਹੜਾ ਵੀ ਤਿਆਰ ਪਰ ਤਿਆਰ ਸਿੰਘ ਸਿੰਘਣੀ ਹੈ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਨੂੰ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰਾ ਸਤਿਗੁਰ ਪੂਰਾ ਕਿੰਨੀਆਂ ਬਖਸ਼ਿਸ਼ਾਂ ਕਿੰਨੀਆਂ ਮਾਣ ਵਡਿਆਈ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਜਿਹੜਾ ਖਾਲਸਾ ਹੈ ਇਹ ਡੋਲ ਨਾ ਸਕੇ ਅਡੋਲ ਰਵੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਲਖਤੇ ਜਿਗਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਗੁਰੂ ਕੀ ਸੰਗਤ ਪਰ ਸੀ ਨਹੀਂ ਕੀਤੀ ਮਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਲਖਤੇ ਜਿਗਰ ਸ਼ਹਾਦਤ ਦਿੰਦੇ ਨੇ ਜੰਗ ਦੇ ਵਿੱਚ ਅਤੇ ਉਸ ਵੇਲੇ ਗੁਰੂ ਕੀ ਸੰਗਤ ਕਹਿੰਦੇ ਕਿ ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਗਿਆ ਮੰਗੀ ਅਤੇ ਸਹਿਬ ਸਤਿਗੁਰੂ ਸਾਹਿਬ ਜੀ ਮਨ ਦੇ ਵਿੱਚ ਖੁਸ਼ੀ ਪ੍ਰਗਟ ਕਰਦੇ ਨੇ ਅਤੇ ਕਹਿੰਦੇ ਨੇ ਕਿ ਭਾਈ ਤੁਹਾਡਾ ਨਾਮ ਜਿਹੜਾ ਪੁਹਾਣੀ ਦੇ ਯੁੱਧ 'ਤੇ ਰੱਖਿਆ ਗਿਆ ਸੀ ਕਿ ਤੁਹਾਡਾ ਨਾਮ ਤਾਂ ਹੀ ਅਜੀਤ ਸਿੰਘ ਰੱਖਿਆ ਗਿਆ ਸੀ ਕਿ ਤੁਸੀਂ ਅਜਿੱਤ ਹੋ ਜਿੱਤ ਪ੍ਰਾਪਤ ਕਰੋਗੇ ਹਾਰੋਗੇ ਨਹੀਂ ਹਾਰ ਦਾ ਮੋਹ ਨਹੀਂ ਵੇਖਣਾ ਪਵੇਗਾ
ਕਹਿੰਦੇ ਕਿ ਗੁਰੂ ਕੇ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਲੱਖਤੇ ਜਿਗਰ ਜਦੋਂ ਬਾਹਰ ਨਿਕਲੇ ਤੇ ਦੁਸ਼ਮਣਾਂ ਦੇ ਉੱਤੇ ਚੜ੍ਹਾਈ ਕੀਤੀ, ਅਣਗਿਣਤ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਿਆ ਗੁਰੂ ਕੀ ਸੰਗਤ, ਤੇ ਆਪ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਪਾਵਨ ਗੜੀ ਦੇ ਵਿੱਚੋਂ ਜਕਾਰੇ ਛੱਡਦੇ ਨੇ, ਉੱਪਰੋਂ ਵੇਖਦੇ ਨੇ। ਇਸੇ ਤਰ੍ਹਾਂ ਫਿਰ ਬਾਬਾ ਜੁਝਾਰ ਸਿੰਘ ਨੇ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ, ਪਿਤਾ ਗੁਰੂ ਜੀ ਮੇਰੀ ਵਾਰੀ ਹੈ, ਮੇਰਾ ਵੱਡਾ ਭਾਈ ਸ਼ਹਾਦਤ ਦੇ ਗਿਆ ਹੈ, ਸ਼ਹਾਦਤ ਦਾ ਜਾਮ ਪੀ ਗਿਆ ਹੈ, ਅਮਰ ਹੋ ਗਿਆ ਹੈ। ਅਤੇ ਉਸ ਵੇਲੇ ਕਹਿੰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਜੁਝਾਰ ਸਿੰਘ ਨੂੰ ਕਿਹਾ ਕਿ ਤੁਹਾਡੀ ਉਮਰ ਛੋਟੀ ਹੈ। ਕਹਿੰਦੇ ਸਤਿਗੁਰੂ ਸਾਹਿਬ ਜੀ ਦੇ ਲੱਗਤੇ ਜਿਗਰ ਬਾਬਾ ਜੁਝਾਰ ਸਿੰਘ ਜੀ ਪੱਪਾ ਭਾਰ ਹੋ ਕੇ ਕਹਿੰਦੇ ਨੇ ਹੁਣ ਮੈਂ ਵੱਡਾ ਹੋ ਗਿਆ ਹਾਂ। ਬੇਨਤੀ ਕੀਤੀ ਕਿ ਤੁਸੀਂ ਜੰਗ ਦੇ ਵਿੱਚ ਜਾ ਕੇ ਕੀ ਕਰੋਗੇ? ਉਹਨਾਂ ਕਿਹਾ ਮੈਂ ਤੁਹਾਡਾ ਨਾਮ ਰੋਸ਼ਨ ਕਰਾਂਗਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਤੁਹਾਡਾ ਨਾਮ ਵੀ ਤਾਂ ਹੀ ਜੁਝਾਰ ਸਿੰਘ ਰੱਖਿਆ ਸੀ ਕਿ ਤੁਸੀਂ ਜੂਝ ਕੇ ਸ਼ਹਾਦਤ ਦੇ ਕੇ ਅਤੇ ਸੰਸਾਰ ਦੇ ਵਿੱਚੋਂ ਨਾਮ ਨਾ ਕੱਟੋਗੇ। ਉਸ ਵੇਲੇ ਗੁਰੂ ਕੇ ਸਿੱਖਾਂ ਨੇ ਨਾਲ ਜਾ ਕੇ ਅਤੇ ਲੋਹੇ ਅਤੇ ਲੋਹਾ ਗੜਕਦਾ ਹੈ ਗੁਰੂ ਕੀ ਸੰਗਤ, ਸਤਿਗੁਰੂ ਸੱਚੇ ਪਿਆਰ ਪਾਤਸ਼ਾਹ ਦੇ ਸਿੰਘ ਲੱਗਤੇ ਜਿਗਰ ਸਾਹਿਬਜ਼ਾਦੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਨੇ, ਅਤੇ ਆਪ ਉੱਥੇ ਸ਼ਹਾਦਤ ਪ੍ਰਾਪਤ ਕੀਤੀ। ਇੰਨੀ ਦੇਰ ਨੂੰ ਕਹਿੰਦੇ ਕਿ ਗੁਰੂ ਕੇ ਸਿੱਖਾਂ ਨੇ ਆਪਸ ਵਿੱਚ ਗੁਰਮਤਾ ਕੀਤਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਿਮਰਤਾ ਸਾਹਿਬ ਬੇਨਤੀ ਹੈ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਬਾਹਰ ਚਲੇ ਜਾਓ। ਅਤੇ ਕਹਿੰਦੇ ਕਿ ਮੈਂ ਕਦੇ ਵੀ ਇਸ ਤਰ੍ਹਾਂ ਜਾ ਨਹੀਂ ਸਕਦਾ, ਸੋਚ ਨਹੀਂ ਸਕਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਵਰਗੇ ਅਨੇਕਾਂ ਹੀ ਖਾਲਸੇ ਸਜਾ ਲਵੋਗੇ, ਪਰ ਸਾਡੇ ਤੋਂ ਤੁਹਾਡੇ ਵਰਗਾ ਗੁਰੂ ਤਿਆਰ ਨਹੀਂ ਹੋਣਾ। ਉਹ ਗੁਰੂ ਕੇ ਸਿੱਖਾਂ ਦੀ ਬੇਨਤੀ ਨੂੰ ਮੰਨ ਕੇ ਆਪਣੇ ਸਿੱਖਾਂ ਦੇ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਤਾਰਿਆਂ ਦੀ ਨਿਸ਼ਾਨੀ ਦੇ ਕੇ ਸਮਾਂ ਦੱਸ ਦਿੱਤਾ ਕਿ ਕਿੱਥੇ ਮਿਲਾਪ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੰਗੇ ਚਰਨ ਚੱਲਦੇ ਨੇ ਅਤੇ ਗੁਰੂ ਕੀ ਸੰਗਤ ਕਹਿੰਦੇ ਤਾੜੀ ਮਾਰ ਕੇ ਆਵਾਜ਼ ਦੇ ਕੇ ਨਿਕਲੇ ਨੇ, ਬੁਝ ਦਿਲਾਂ ਪੈਰਾਂ ਵਾਂਗੂ ਨਹੀਂ, ਪਰ ਉਹ ਜਾ ਕੇ ਜਦੋਂ ਮਾਛੀਵਾੜੇ ਦੀ ਧਰਤੀ 'ਤੇ ਲੇਟੇ ਨੇ ਅਤੇ ਉਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ੁਕਰ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ 'ਤੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਦ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਤਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਗੁਰੂ ਕੇ ਸਿੱਖਾਂ ਦੇ ਨਾਲ ਪੰਜ ਪਿਆਰੇ ਸਿੰਘਾਂ ਦੇ ਨਾਲ ਮਿਲਾਪ ਹੋਇਆ ਅਤੇ ਅਗਲੀ ਮੰਜ਼ਿਲ ਨੂੰ ਚੱਲ ਪਏ। ਉੱਧਰ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਪਰ ਇਹ ਨਹੀਂ ਮੰਨੀ। ਸੋ ਗੁਰੂ ਕੀ ਸੰਗਤ ਪਰਿਵਾਰ ਸਰਬੰਸ ਕੁਰਬਾਨ ਕਰਕੇ ਅਤੇ ਸਾਨੂੰ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਕਿ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਜਿਹੜੇ ਪਰਿਵਾਰ ਜਿਨ੍ਹਾਂ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਦਸਤਾਰਾਂ ਸਜਾਉਂਦੇ ਨੇ, ਜਿਹੜੀਆਂ ਮਾਤਾਵਾਂ ਸਵੇਰੇ ਬੱਚਿਆਂ ਨੂੰ ਤਿਆਰ ਕਰਨ ਲੱਗੀਆਂ, ਜਪਜੀ ਸਾਹਿਬ ਦਾ ਪਾਠ ਕਰਦੀਆਂ ਏ ਅਤੇ ਬੱਚਿਆਂ ਨੂੰ ਪਾਠ ਸੁਣਾਉਂਦੀਆਂ ਏ, ਉਹਨਾਂ ਦੇ ਕੋਲੋਂ ਸੁਣਦੀਆਂ ਏ, ਸ਼ਾਮ ਦੇ ਸਮੇਂ ਸੋਧ ਰਹਿਰਾ ਸਾਹਿਬ ਦਾ ਪਾਠ ਹੁੰਦਾ, ਜਿਹਨਾਂ ਘਰਾਂ ਦੇ ਵਿੱਚ ਗੁਰੂ ਦੀ ਬਾਣੀ ਚੱਲਦੀ ਹੈ ਭਾਈ, ਉਹ ਘਰ ਜਿਹੜੇ ਉਹਨਾਂ ਘਰਾਂ ਦੇ ਉੱਤੇ ਕਲਗੀਧਰ ਪਾਤਸ਼ਾਹ ਦੀ ਰਹਿਮਤ ਹੈ, ਉਹਨਾਂ ਦਾ ਅੱਜ ਦਾ ਪ੍ਰਕਾਸ਼ ਪੁਰਬ ਮਨਾਇਆ ਸਫਲਾ ਹੈ ਗੁਰੂ ਕੀ ਸੰਗਤ, ਕਿਉਂਕਿ ਉਹਨਾਂ ਦੇ ਲੱਗਤੇ ਜਿਗਰ ਬੱਚਿਆਂ ਵੱਲ ਵੇਖ ਕੇ ਕਲਗੀਧਰ ਪਾਤਸ਼ਾਹ ਮਨ ਦੇ ਵਿੱਚ ਖੁਸ਼ ਹੋਣਗੇ ਕਿ ਇਹ ਮੇਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਹੈ, ਇਹ ਮੇਰਾ ਫਤਿਹ ਸਿੰਘ ਹੈ। ਪਰ ਗੁਰੂ ਕੀ ਸੰਗਤ ਸਿੱਖੀ ਤੋਂ ਮੁਨਕਰ ਹੋ ਕੇ ਅਸੀਂ ਗੁਰੂ ਦੀ ਖੁਸ਼ੀ ਨਹੀਂ ਲੈ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਤਾਂ ਹੀ ਪ੍ਰਾਪਤ ਹੋਵੇਗੀ ਜਿੰਨੀ ਦੇਰ ਅਸੀਂ ਗੁਰੂ ਦੇ ਚਰਨਾਂ ਵਿੱਚ ਆ ਕੇ ਜੋਦਰੀ ਨਹੀਂ ਕਰਦੇ, ਅਰਦਾਸ ਨਹੀਂ ਕਰਦੇ, ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਸਾਡਾ ਸਾਰਿਆਂ ਦਾ ਮਾਲਕ ਹੈ ਤੁਮ ਦਾਤੇ ਠਾਕੁਰ ਪ੍ਰਿਤ ਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਿਤ ਪਾਲ ਹੋ ਹਮ ਬਾਰਿਕ ਤੁਮਰੇ ਧਾਰੇ। ਉਹ ਸਾਡੀ ਪਾਲਣਾ ਕਰਦਾ ਹੈ, ਹਰ ਤਰ੍ਹਾਂ ਦੇ ਨਾਲ ਸਾਡੀ ਰੱਖਿਆ ਕਰਦਾ ਹੈ, ਅਤੇ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਹੈ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿਉਂਕਿ ਕਈ ਵਾਰੀ ਮਨ ਵਿੱਚ ਵਿਚਾਰ ਆ ਜਾਂਦੀ ਹੈ ਕਿ ਮੈਂ ਤਾਂ ਕਰਕੇ ਕਿੱਸਾ ਧਾਰੀ ਨਹੀਂ ਹੁੰਦਾ, ਮੇਰੇ ਕੋਲ ਰਹਿਤ ਨਹੀਂ ਰੱਖੀ ਜਾਣੀ। ਗੁਰੂ ਕੀ ਸੰਗਤ ਰਹਿਤ ਕੋਈ ਵੀ ਨਹੀਂ ਰੱਖ ਸਕਦਾ, ਕਿਸੇ ਦੇ ਕੋਲ ਆਪਣਾ ਬਲ ਨਹੀਂ ਹੈ, ਇਹ ਤੇ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਵਡਿਆਈ ਹੈ।
ਜਦੋਂ ਮਾਲਕ ਦੇ ਚਰਨਾਂ ਦੇ ਉੱਤੇ ਸਿਰ ਰੱਖ ਦਈਏ, ਮਨ ਜਿਹੜਾ ਮਾਲਕ ਨੂੰ ਦੇ ਦਈਏ, ਤੇ ਫਿਰ ਮਨ ਜਿਹੜਾ ਉਹ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦਿੰਦੇ ਨੇ ਕਿ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ, ਫਿਰ ਉਹ ਆਪਣੇ ਪਿਆਰਿਆਂ ਦੇ ਕਾਰਜ ਆਪ ਰਾਸ ਕਰਦੇ ਨੇ, ਆਪਣੇ ਪਿਆਰਿਆਂ ਦੀ ਆਪ ਪਤ ਰੱਖਦੇ ਨੇ। ਜਿਹਦੀ ਪਤ ਮਾਲਕ ਰੱਖਦਾ ਹੈ ਨਾ ਗੁਰੂ ਕੀ ਸੰਗਤ, ਸਾਡਾ ਦੁਨਿਆਵੀ ਸੁਭਾਅ ਹੈ ਕਿ ਅਸੀਂ ਕੋਈ ਨਾ ਕੋਈ ਖੁੰਡ ਚਰਚਾ ਦੇ ਰੂਪ ਵਿੱਚ ਜਾਂ ਵੱਖ ਵੱਖ ਤਰੀਕਿਆਂ ਦੇ ਨਾਲ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਪਾਤਸ਼ਾਹ ਕਹਿੰਦੇ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਪੋਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋੜ ਨਾ ਆਵੇ ਖਾਏ ਖਰਚਰ ਹੁੰਦਾ। ਕਹਿੰਦੇ ਵੀ ਜਿੰਨਾ ਮਰਜ਼ੀ ਇਸ ਪਰਮਾਤਮਾ ਦੇ ਘਰ ਦੇ ਵਿੱਚ ਭਾਈ ਕਿਸੇ ਤਰ੍ਹਾਂ ਦੀ ਘਾਟ ਨਹੀਂ ਹੈ, ਕਿਉਂਕਿ ਉੱਥੇ ਭੰਡਾਰੇ ਭਰੇ ਪਏ ਨੇ। ਪੀਓ ਦਾਦੇ ਕਾ ਖੋਲ ਉੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇਸ ਕਰਕੇ ਅਸੀਂ ਅਰਦਾਸ ਕਰੀਏ, ਹੇ ਮਾਲਕ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਕਿਉਂਕਿ ਜਿਹਦੀ ਤੁਸੀਂ ਪਤ ਰੱਖਦੇ ਹੋ ਨਾ, ਉਹਦੀ ਕੋਈ ਦੁਨੀਆਦਾਰ ਪਤ ਜਿਹੜਾ ਉਤਾਰ ਨਹੀਂ ਸਕਦਾ। ਦ੍ਰੋਪਦੀ ਦੀ ਪਤ ਰੱਖੀ ਮਾਲਕ ਵਾਹਿਗੁਰੂ ਨੇ, ਗੁਰੂ ਕੇ ਸਿੱਖਾਂ ਦੀ ਸਮੇਂ ਸਮੇਂ ਅਨੁਸਾਰ ਹਰ ਯੁੱਗ ਯੁੱਗ ਭਗਤ ਉਪਾਇਆ ਪੈਦ ਰੱਖਦਾ ਆਇਆ ਰਾਮ ਰਾਜੇ। ਤਾਂ ਹੀ ਪਾਤਸ਼ਾਹ ਕਹਿੰਦੇ ਨਾ, ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇੜ ਨਾ ਸਕੇ ਕੋਈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਾਂ ਵੀ ਅਰਦਾਸ ਕਰੀਏ, ਗੁਰੂ ਕੀ ਸੰਗਤ ਜਿਹਦੇ ਨਾਲ ਸਾਡੀ ਵੀ ਪਤ ਰਹਿ ਜਾਵੇ, ਜਿਹਦੇ ਨਾਲ ਸਾਡੀ ਵੀ ਸੰਸਾਰ ਦੇ ਵਿੱਚ ਅਤੇ ਲੋਕ ਪ੍ਰਲੋਕ ਦੇ ਵਿੱਚ ਮਾਲਕ ਵਾਹਿਗੁਰੂ ਰੱਖਿਆ ਕਰੇ। ਇਹ ਮੰਗਣਾ ਹੈ ਗੁਰੂ ਦੇ ਚਰਨਾਂ ਦੇ ਵਿੱਚੋਂ, ਆਓ ਕੋਈ ਵੀ ਰਸਨਾ ਵਾਂਝੀ ਨਾ ਰਵੇ, ਕਿਉਂਕਿ ਅੱਜ ਪ੍ਰਕਾਸ਼ ਪੁਰਬ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਲਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੇ ਵਾਰ, ਐਸੇ ਗੁਰ ਤੋਂ ਬਲ ਬਲ ਜਾਈਏ, ਆਪ ਮੁਕਤ ਮੋਹੇ ਤਾਰੇ, ਜਿਹੜਾ ਆਪ ਮੁਕਤ ਹੈ ਨਾ ਉਹੀ ਤਾਰ ਸਕਦਾ ਹੈ। ਇੱਥੇ ਸਮਰੱਥ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਡੇ 'ਤੇ ਕਿਰਪਾ ਕਰਨ। ਆਓ ਇੱਕ ਬੇਨਤੀ ਕਰਕੇ ਭਾਈ ਸਾਰੀਆਂ ਸੰਗਤਾਂ, ਫਿਰ ਆਪਾਂ ਸਮਾਪਤੀ ਵੱਲ ਵਧੀਏ ਜੀ। ਸਾਰੀ ਕੋਈ ਵੀ ਰਸਨਾ ਵਾਂਝੀ ਨਾ ਰਵੇ, ਕਿਉਂਕਿ ਗੁਰੂ ਚਰਨਾਂ ਦੇ ਵਿੱਚ ਅਰਦਾਸ ਜਿਹੜੀ ਹੈ ਉਹ ਸਾਰਿਆਂ ਦੀ ਜਦੋਂ ਰਲ ਕੇ ਕਰੀਏ ਤਾਂ ਮਾਲਕ ਵਾਹਿਗੁਰੂ ਕਿਰਪਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਕਮਲਾਂ ਦਾ
ਦਾ ਪਿਆਰ ਸੇਵਾ ਸੇਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਤਾਂ ਕਿ ਜਿਹੜਾ ਨਾਰਾ ਅਸੀਂ ਸਵੇਰ ਸ਼ਾਮ ਬੁਲੰਦ ਕਰਦੇ ਹਾਂ ਉਹਦੇ ਉੱਤੇ ਚੱਲਣ ਦਾ ਵੀ ਸੁਭਾਗ ਬਖਸ਼ਿਸ਼ ਕਰਨ। ਸੋ ਇਸ ਕਰਕੇ ਗੁਰੂ ਕੀ ਸੰਗਤ ਸਾਡਾ ਆਪਸੀ ਪਿਆਰ ਬਣ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਬੇਨਤੀਆਂ ਕਰਦੇ ਹਾਂ। ਅਨੇਕਾਂ ਹੀ ਭੁੱਲਾਂ ਹੋਈਆਂ ਹੋਣਗੀਆਂ, ਸੋ ਗੁਰੂ ਕੀ ਸੰਗਤ ਸਮਰੱਥ ਹੋ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿੰਦ ਹੋ, ਬਖਸ਼ ਲੈਣਾ ਦੇ ਹੋ ਸੱਜਣੇ ਅਸੀਸਣੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਅੱਗੇ ਤੋਂ ਸਮਰੱਥ ਬਖਸ਼ਿਸ਼ ਕਰਨ ਲਈ ਚਰਨਾਂ ਕਮਲਾਂ ਦਾ ਪਿਆਰ ਦਿਓ ਸੱਜਣੇ ਅਸੀਸਣੀਆਂ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਕੇ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਵਾਹਿ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਛੇਤੀ, ਮਨ ਵਜੀ ਆ ਵਧਾਈਆਂ, ਪ੍ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਲੇ ਆਈਆਂ, ਸ਼ਬਦੋ ਤੰਗਾ ਮੋਰੀ ਖੀਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਕੀ ਮਨ ਮੇਰੇ ਆ ਤੂੰ ਸਦਾ ਰਹੋ ਵਰਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਨ ਸੰਸਵਾਰਨਾ, ਸਭਨਾ ਗੱਲਾਂ ਸਮਰਾਟ ਸੁਆਮੀ, ਸੋ ਕਿਆ ਮਨੋ ਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਵਰਨਾਲੇ, ਸਾਡੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਨਾ ਤੇਰਾ ਸਭ ਕੁਛ ਹੈ, ਜਿਸ ਦੇਹ ਸੁਖ ਪਾਵੇ, ਸਦਾ ਸਿਖ ਸੁਲਾ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਰਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਜੇ ਸਾਹਿਬੋ ਕਿਆ ਨਾਹੀ, ਘਰ ਤੇਰਾ ਸਾਜਾ ਨਾਮੋ ਮੇਰਾ ਆਧਾਰੋ, ਸਾਧਨਾ ਆਧਾਰ ਮੇਰਾ, ਜਿਨ ਪੁੱਗਾ ਸਭ ਗਵਾਈਆਂ, ਕਰਸਾਤ ਸੁਖਮਣਾ ਉਸਿਆ, ਜਨੀਠਾ ਸਾਹਿਬ ਪੁਜਾਈਆਂ, ਸਦਾ ਪ੍ਰਵਾਨ ਕੀਤਾ ਗੁਰੂ ਬਿਠਾ, ਜਿਸਨੀਆਂ ਇਹ ਵੜੇ ਆਈਆਂ, ਕਹਿ ਨਾਨਕ ਸੁਣੋ ਸਤ ਹੋ, ਸ਼ਬਦ ਤ੍ਰਹੋ ਪਿਆਰੋ, ਸਾਜਾ ਨਾਮ ਮੇਰਾ ਆਧਾਰ ਹੋ, ਵਾਜੇ ਪਾਠੋ ਸ਼ਬਦ, ਹਿਤ ਕਾਰ ਸੁਭਾ ਗੈ, ਘਰ ਸੁਭਾ ਗੈ ਸ਼ਬਦ ਵਾਜੇ, ਕਲਾ ਜਿਨ ਕਰ ਧਾਰੀਆ, ਪੰਜ ਰੂਪ ਦਵਾਸ ਕੀਤੇ, ਕਾਲ ਮੰਡਪ ਮਾਰਿਆ, ਉਰ ਕਰਮ ਪਾਇਆ, ਤੁਧ ਜਿਨ ਕਾਲ ਉਸੇ ਨਾਮ ਹਰ ਕੈ ਲਾਗੀ, ਕਹਿ ਨਾਨਕ ਤੈ ਸੁਣ ਹੋਆ, ਜਿਤ ਕਰ ਅਣਮਦ ਵਾਜੇ, ਅਣ ਸੁਣ ਪੂਰੇ ਪਰ ਬ੍ਰਹਮ ਪ੍ਰਭ ਪਾਇਆ।
ਅਹੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਈ ਗੁਰਿਆਕਰ ਗੁਰਤੀ ਅਮਰਦਾਸ ਰਾਮਦਾਸ ਮੁਈ ਸਹਾਇ ਅਰਬਿਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਸਤਿ ਪਜਾਏ ਦੇਵ ਬਹਾਦਰ ਸਿਮਰਿਆ ਸਮੂਹ ਖਾਲਸਾ ਪੰਥ ਦੇ ਚੜ੍ਹਦੇ ਕਲਾ ਕਰਨੀ ਸਮੂਹ ਸੰਗਤਾਂ ਨੂੰ ਚਰਨਾਂ
ਦੇ ਬੱਚੇ ਧਰੁਵ ਜੀ ਵੱਲੋਂ ਸ੍ਰੀ ਕ੍ਰਿਸ਼ਨ ਦਾ ਦਿਵਾਲੀਆ ਦੇ ਸਲਾਨਾ ਯਾਦ ਨੂੰ ਮੁੱਖ ਰੱਖਦਿਆਂ ਹੋਇਆ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਨੇ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਸਿਰ ਉੱਪਰ ਮੇਰਾ ਪ੍ਰਿਆਤ ਰੱਖਣਾ ਜੇ ਨਾਮ ਸਿਮਰਨ ਸੇਵਾ ਦੀਆਂ ਦਾਤਾਂ ਬਖਸ਼ਣੀਆਂ ਖਜ਼ਾਨੇ ਭਰਪੂਰ ਕਾਲ ਕੰਟਕ ਦੂਰ ਕਰਨੇ ਸ਼ਾਂਤੀ ਦੇ ਰੋਗਤਾ ਦੇ ਦਾਣ ਬਖਸ਼ਣੇ ਦਰ ਘਰ ਦੇ ਸੇਵਕ ਸਰਦਾਰ ਮੋਹਨ ਸਿੰਘ ਸੇਖੋ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਦੇਗਾਂ ਦੀਆਂ ਸੇਵਾਵਾਂ ਅਤੇ ਅਰਦਾਸ ਬੇਨਤੀ ਹੈ ਸਮੂਹ ਪਰਿਵਾਰ ਦੇ ਕਿਰਪਾ ਰੂਪ ਹੱਥ ਰੱਖਣਾ ਜੇ ਬੇਬੇ ਜਸਪਾਲ ਕੌਰ ਸਪੁੱਤਰੇ ਸਰਦਾਰ ਮੋਹਨ ਸਿੰਘ ਸੇਖੋ ਆਪ ਜੀ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਦੇਗਾਂ ਦੀਆਂ ਸੇਵਾਵਾਂ ਅਤੇ ਅਰਦਾਸ ਬੇਨਤੀ ਕਰਵਾ ਰਹੇ ਹਨ ਸਮੂਹ ਪਰਿਵਾਰ ਦੇ ਕਿਰਪਾ ਰੂਪ ਹੱਥ ਰੱਖਣਾ ਜੇ ਪਾਤਸ਼ਾਹ ਜੀ ਉਹ ਸਰਦਾਰ ਮਨਜੀਤ ਸਿੰਘ ਬੇਬੇ ਪਰਵਿੰਦਰ ਕੌਰ ਵੱਲੋਂ ਬੱਚੀ ਦੇ ਜਨਮ ਦੇ ਸ਼ੁਕਰਾਨੇ ਵਜੋਂ ਅਤੇ ਬੱਚੀ ਦੇ ਨਾਮਕਰਨ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਿਰਪਾ ਕਰਨੀ ਬੱਚੀ ਦੇ ਸਿਰ ਉੱਪਰ ਮੇਰਾ ਪ੍ਰਿਆਤ ਰੱਖਣਾ ਜੇ ਮਾਤਾ ਪਿਤਾ ਦਾ ਗਿਆ ਕਾਲ ਗੁਰਸਿੱਖੀ ਜੀਵਨ ਵਿਦਿਆ ਦੇ ਦਾਨ ਉੱਚੇ ਸੁੱਖੇ ਸੰਗਤ ਜੀਵਨ ਵਿੱਚ ਤਰੱਕੀਆਂ ਵਾਧਿਆ ਖੁਸ਼ੀਆਂ ਖੇੜਿਆਂ ਦੇ ਸਮੇਂ ਬਖਸ਼ਿਸ਼ ਕਰਨੇ ਦਰ ਘਰ ਦੇ ਸੇਵਕ ਸਰਦਾਰ ਗੁਰਵਿੰਦਰ ਸਿੰਘ ਵੱਲੋਂ ਗੁਰੂ ਦਰਬਾਰ ਲਈ ਮੇਜ ਦੀਆਂ ਸੇਵਾਵਾਂ ਅਤੇ ਕਾਰੋਬਾਰਾਂ ਦੀ ਤਰੱਕੀ ਲਈ ਅਰਦਾਸ ਬੇਨਤੀ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਸਮੂਹ ਪਰਿਵਾਰ ਦੇ ਕਿਰਪਾ ਰੂਪ ਹੱਥ ਰੱਖਣਾ ਜੇ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਸਰਦਾਰ ਕੀਰਤਨਜੀਤ ਸਿੰਘ ਵੱਲੋਂ ਗੁਰੂ ਕੇ ਲੰਗਰਾਂ ਅਤੇ ਦੇਗਾਂ ਵਾਸਤੇ ਬੇਅੰਤ ਮਾਇਆ ਹਾਜ਼ਰ ਹੈ ਜੀ ਸਰਦਾਰ ਕਿਸ਼ਵਿੰਦਰ ਸਿੰਘ ਜੀ ਵੱਲੋਂ ਸੁੱਖ ਸ਼ਾਂਤੀ ਅਤੇ ਚੜ੍ਹਦੇ ਕਲਾ ਨੂੰ ਮੁੱਖ ਰੱਖਦਿਆਂ ਅਰਦਾਸ ਭੇਟ ਕੇ ਸਰਦਾਰ ਬਲਵੀਰ ਸਿੰਘ ਔਜਲਾ ਜੀ ਵੱਲੋਂ ਕਾਰੋਬਾਰਾਂ ਦੀ ਤਰੱਕੀ ਅਤੇ ਤੰਦਰੁਸਤੀਆਂ ਵਾਸਤੇ ਅਰਦਾਸ ਬੇਨਤੀ ਹੈ ਜੀ ਸਰਦਾਰ ਰਜਿੰਦਰ ਸਿੰਘ ਜੀ ਵੱਲੋਂ ਸੁੱਖ ਸ਼ਾਂਤੀ ਅਤੇ ਚੜ੍ਹਦੇ ਕਲਾ ਨੂੰ ਮੁੱਖ ਰੱਖਦਿਆਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸਮੂਹ ਪਰਿਵਾਰਾਂ ਦੇ ਸਿਰ ਉੱਪਰ ਮੇਰਾ ਮਰਿਆ ਹੱਥ ਰੱਖਦੇ ਹੋਏ ਨਾਮ ਸਿਮਰਨ ਸੇਵਾ ਦੀਆਂ ਦਾਤਾਂ ਬਖਸ਼ਣੀਆਂ ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ ਅਤੇ ਮਨ ਦੀਆਂ ਸ਼ੁਭ ਕਾਮਨਾਵਾਂ ਭਾਣੇ ਵਿੱਚ ਰੱਖਦਿਆਂ ਗੁਰਮਤ ਦੇ ਅਨੁਸਾਰ ਪੂਰੀਆਂ ਕਰਨੀਆਂ ਜੇ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਪੰਜ ਕੜਾਹ ਪ੍ਰਸ਼ਾਦ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਜੀ ਕਿਰਪਾ ਪਾਵੜੇ ਨਾਲ ਹੀ ਮੁੱਖ ਵਾਕ ਬਖਸ਼ੋ
ਪਹਿਲੇ ਦਿਨ ਆਸਾਨ ਪਾਉਣ ਜੀ ਬਣਾਈ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਬੜੇ ਹੀ ਉੱਤਮ ਭਾਗਾਂ ਵਾਲੇ ਹੋ ਜੋ ਗੁਰੂ ਜੀ ਦਾ ਦਸ਼ਮੇਸ਼ ਪਿਤਾ ਦੇ ਆਤਮਕ ਨੂੰ ਯਾਦ ਕਰਦਿਆਂ ਹੋਇਆ ਮਨਾਉਂਦਿਆਂ ਹੋਇਆ ਹੁਣ ਤੱਕ ਪਹੁੰਚ ਗਏ। ਆਪ ਸੰਗਤਾਂ ਨੇ ਰੱਬੀ ਬਾਣੀ ਦਿਲਾਏ ਲਏ ਸਪੈਸ਼ਲ ਤੌਰ 'ਤੇ ਧੰਨਵਾਦੀ ਹਾਂ ਸਾਡੇ ਸਤਿਕਾਰਯੋਗ ਪੰਥ ਦੇ ਮਹਾਨ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ, ਹੈਡ ਗ੍ਰੰਥੀ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਜਿਨ੍ਹਾਂ ਨੇ ਕਿ ਦਾਸਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਆਪਣਾ ਪ੍ਰੋਗਰਾਮ ਸਾਡੇ ਲਈ ਸਪੈਸ਼ਲ ਤੌਰ 'ਤੇ ਵਧਾ ਦਿਆ ਅਤੇ ਭਾਈ ਸਾਹਿਬ ਜੀ ਨੇ ਗੱਡੀ ਟਿਕਟ ਵਾਪਸ ਕੀਤੀ ਅੱਜ ਲੈ ਜਾਣਾ ਸੀ ਔਰ ਦਾਸਿਆਂ ਦੀ ਬੇਨਤੀ ਮੰਨਦੇ ਹੋਏ ਇੱਕ ਹਫ਼ਤਾ ਟਾਈਮ ਵਧਾ ਕੇ ਸਿਡਨੀ ਪਹੁੰਚੇ ਹਨ। ਸੰਗਤਾਂ ਨੂੰ ਪਿਛਲੇ ਐਤਵਾਰ ਤੋਂ ਗੁਰਸ਼ਬਦ ਦੇ ਨਾਲ ਜੋੜਿਆ ਹੈ। ਅਸੀਂ ਕਹਿ ਦਿਲੋਂ ਧੰਨਵਾਦੀ ਹਾਂ ਸਿੰਘ ਸਾਹਿਬ ਜੀ ਦੇ। ਆਸ ਕਰਦੇ ਹਾਂ ਕਿ ਆਪਣੇ ਵਿੱਚ ਵੀ ਇਸੇ ਤਰ੍ਹਾਂ ਹੀ ਸਿੰਘ ਸਾਹਿਬ ਸੰਗਤਾਂ ਨੂੰ ਗੁਰਸ਼ਬਦ ਦੇ ਨਾਲ ਜੋੜਦੇ ਰਹਿਣਗੇ। ਜਦੋਂ ਵੀ ਆਸਟ੍ਰੇਲੀਆ ਆਉਣ ਜ਼ਰੂਰ ਸਿੱਧੀ ਸੰਗਤ ਨੂੰ ਦਰਸ਼ਨ ਕਰ ਜਾਂਦੇ ਗੁਰੂ ਸਾਹਿਬ ਕੋਸ਼ਿਸ਼ ਕਰਦੇ ਮੇਰੇ ਪਾਸੋਂ ਵੀ ਇਸੇ ਤਰ੍ਹਾਂ ਹੀ ਸਵਾਲ ਲੈਂਦੇ ਰਹਿਣ। ਸਤਿ ਸ੍ਰੀ ਜੀ, ਕੱਲ੍ਹ ਦੇ ਪ੍ਰੋਗਰਾਮ ਸ਼ਾਮ ਦੇ ਅਤੇ ਐਤਵਾਰ ਦੇ ਪ੍ਰੋਗਰਾਮ ਵੀ ਇਸੇ ਹੀ ਸੰਬੰਧ ਵਿੱਚ ਗੁਰਪੁਰਬ ਦੇ ਸੰਬੰਧ ਵਿੱਚ ਆਰਗਨਾਈਜ਼ ਕੀਤੇ ਗਏ ਹਨ। ਕੱਲ੍ਹ ਸ਼ਾਮ ਦੇ ਪ੍ਰੋਗਰਾਮਾਂ ਵਿੱਚ ਵੀ ਭਾਈ ਸਾਹਿਬ ਜੀ ਸ਼ਾਮ ਦੇ ਪ੍ਰੋਗਰਾਮ ਵਿੱਚ ਹਾਜ਼ਰੀਆਂ ਭਰਨ ਗਏ। ਪਾਸੋਂ ਨੂੰ ਆਸਾ ਜੇ ਵਾਪਸ ਕੀਰਤਨ ਦਾ ਪ੍ਰਾਂਤ ਜੋ ਨਿਸ਼ਾਨ ਸਾਹਿਬ ਦੇ ਚੋਣਾਂ ਵੱਲੋਂ ਵੀ ਸੇਵਾ ਕੀਤੀ ਜਾਣੀ ਹੈ ਸਾਡੇ ਨਾਮ ਦੇ ਉਸ ਵਿੱਚ ਸੰਗਤਾਂ ਨੂੰ ਮਿਲ ਕੇ ਪਹੁੰਚੋ ਜੀ। ਉਸ ਤੋਂ ਸਾਡੇ ਵੱਲ ਹੀ ਐਤਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਜੋ ਖਾਲਸਾ ਅੱਜ ਆਰੰਭ ਕੀਤੇ ਗਏ ਹਨ ਖਾਸ ਤੌਰ 'ਤੇ ਸਮਾਜ ਦੇ ਵਿੱਚ ਉਹਨਾਂ ਦੇ ਭੋਗ ਵੀ ਪਾਏ ਜਾਂਦੇ ਹਨ ਅਤੇ ਜੋ ਐਤਵਾਰ ਦੇ ਪ੍ਰੋਗਰਾਮ ਹੈ ਉਹ ਤਕਰੀਬਨ ਦੁਪਹਿਰੇ 2:30 ਵਜੇ ਚੱਲਣਗੇ। ਜਿਸ ਦੇ ਵਿੱਚ ਸਾਡੇ ਪਾਸ ਇੰਗਲੈਂਡ ਤੋਂ ਭਾਈ ਸਾਹਿਬ ਜਗਜੀਤ ਸਿੰਘ ਜੀ ਯੂਕੇ ਵਾਲੇ ਜਿਹੜੇ ਕਿ ਖਾਲਸਾ ਸੈਂਟਰ ਦੇ ਵਿੱਚ ਵਿਜ਼ਿਟ ਕਰਨ ਲਈ ਪਹੁੰਚੇ ਹਨ। ਉਹਨਾਂ ਨੇ ਕੱਲ੍ਹ ਸ਼ਾਮ ਨੂੰ ਵੀ ਐਤਵਾਰ ਨੂੰ ਵੀ ਸੰਗਤਾਂ ਨੂੰ ਸੰਬੋਧਨ ਕਰਨਾ ਹੈ। ਸੋ ਸਾਰੇ ਹੀ ਜਿਹਨਾਂ ਦੇ ਵਿੱਚ ਆਪ ਸੰਗਤਾਂ ਨੇ ਉਹਨਾਂ ਤੱਕ ਪਹੁੰਚ ਕੇ ਹਾਜ਼ਰੀ ਭਰਨੀ ਦੇ ਸਤਿਸੰਗ ਜੀ। ਕੱਲ੍ਹ ਨੂੰ ਮਨਦੀਪ ਨੇ ਭਾਈ ਸੁਖਵੰਤ ਸਿੰਘ ਜੀ ਗੇਰ ਸਿੰਘ ਉਹਨਾਂ ਦੇ ਵਿੱਚ ਹਿੰਦੀ ਜਾਣਾ ਹੈ। ਸੋ ਕੱਲ੍ਹ ਦੇ ਪ੍ਰੋਗਰਾਮ ਉਹਨਾਂ ਵਿੱਚ ਸ਼ਰਧਾਂਜਲੀ ਦਿੱਤੀ ਜਾਵੇਗੀ। ਸੋ ਇੰਨੀਆਂ ਹੀ ਬੇਨਤੀਆਂ ਨੇ ਨਾਲ ਦਸ ਗੀਤਾਂ ਦਾ ਜਾਜਕ ਹੈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸੋਠ ਮਹੱਲਾ ਪੰਜਵਾਂ, ਗੁਰਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਗਾ ਕਰ ਭਾਗਾ, ਪ੍ਰਭ ਜੀ ਤੂੰ ਦੇ ਰੋ ਸੁਖ ਦਾਤਾ, ਬੰਧਨ ਕਾਟ ਪਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾ, ਨਾਨਕ ਪ੍ਰਭ ਅਵਿਨਾਸੀ, ਤਾਂ ਕਿ ਸੇਵਨਾ ਬਿਰਥੀ ਜਾਸੇ, ਅਨੰਦ ਕਰਹੇ ਤੇਰੇ ਦਾਸਾ, ਜਬ ਪੂਰਨ ਹੋਏ ਆਸਾ ਬਿਲਾਵਲ ਮਹੱਲਾ ਪੰਜਵਾਂ, ਤਾਤੇ ਵਾਹੁ ਨਾ ਲੱਗੇ ਪਾਰ ਨਹਿਮ ਸਰਨਾਏ, ਚੌਗਿਰਦ ਹਮਾਰੇ ਰਾਮ ਪਾਰ, ਦੁੱਖ ਲੱਗੇ ਨਾ ਭਾਏ, ਸਤਿਗੁਰ ਪੂਰਾ ਭੇਟਿਆ ਨਿਰਬੰਤ ਮਨਾਏ, ਰਾਮ ਨਾਮ ਆਉ ਖੁਦ ਦੇ ਆਏ, ਕਲ ਵਿਲਾਏ ਰਹਾਉ, ਰਾਖੇ ਯਤਨ ਰੱਖਣ ਹਾਰ, ਸਭਿਆ ਮਿਟਾਏ ਕਹੁ ਨਾਨਕ, ਕਿਰਪਾ ਭਏ ਪ੍ਰਭੈ ਸਹਾਈ। ਸੋਹਿਲਾ ਰਾਗ ਗੁਰ ਦੀਪੀ ਮਹੱਲਾ ਪਹਿਲਾ, ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਰਾਖੀਐ, ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵੋ ਸੋਹਿਲਾ, ਸਿਮਰਹੋ ਸਿਰਜਨਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੂੰ ਮਾਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀ ਅਰ ਸੰਭਾਲੀ, ਅਣ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀ ਮਤ ਨਾ ਪਵੈ, ਤਿਸ ਦਾਤੇ ਕੰਮ ਸੁਮਾਰ, ਸੰਬਤ ਸਾਹ ਲਿਖਿਆ ਮੈਂ ਕਿਰਪਾਵ ਤੇਲ, ਦੇਹੋ ਸਦਨ ਆਸੀ ਸੜਿਆ, ਜੋ ਹੋਵੇ ਸਾਹਿਬ ਸੁਮੇਲ, ਘਰ ਘਰ ਇਹੋ ਪਹੁੰਚਾ, ਸੁੰਦਰ ਨਿਤ ਪਵਨ ਸਦਨ ਹਾਰਾ ਸਿਮਰਿਆ, ਨਾਨਕ ਸੇ ਦੇਹ ਪਾਵਨ, ਰਾਗਾ ਸਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਹੋਵੇ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਬੜਾਈ ਤੋਂ ਰਹਾਉ, ਵਿਸਵੈ ਤਸਿਆ ਘੜੀਆਂ ਤਹਿਰਾਂ, ਚੁੱਤੀ ਵਾਰੀ ਮਾਂ ਹੋਆ, ਸੂਰਜ ਦੇ ਪੁਰਤ ਅਨੇਕ, ਨਾਨਕ ਪ੍ਰਤੇਕ ਕੀਤੇ ਵੇਸ, ਰਾਗ ਧਨਾਸਨ ਮਹੱਲਾ ਪਹਿਲਾ,
ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਜ ਜੁਲੰਤ ਜੋਤੀ ਕੈਸੀ ਆਰਤੀ ਹੋਏ ਬਲ ਖੰਡਾ ਤੇਰੀ ਆਰਤੀ ਅਨਹੱਤਾ ਸ਼ਬਦ ਵਾਗਿੰਤ ਭੇਰੀ ਰਹਾਉ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ ਸਹਸ ਮੂਰਤ ਨਨਾਇਕ ਤੋਹੀ ਸਹਸ ਪਦ ਬਿਮਨ ਨਨ ਏਕ ਪਦ ਗੰਧ ਬੇਨ ਸਹਸ ਤਵ ਗੰਧ ਵਿਚਲ ਪਮੋਹੀ ਸਭ ਹੈ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਵਾਨ ਬਿਨੁ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੋਕ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹੋਂ ਮੈਂ ਕੰਡਾ ਹੇ ਜਿਉਂ ਜਿਉਂ ਚਲੇ ਚੁਬੈ ਦੁਖ ਪਾਵੈ ਜਮ ਕਾਲ ਸਹ ਸਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਨੇ ਮੁਖ ਜਨ ਮਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਿਨ ਨਾਨਕ ਨਾਮ ਆਧਾਰ ਪੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾ ਗੋੜੀ ਪੂਰਗੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਹੋ ਮੇਰੇ ਮੇਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲਹੋ ਹਰ ਲਾਹਾ ਗੇ ਬਸਮ ਸੋਹੇਲਾ ਆਵਦੇ ਘਟਾ ਦਿਨ ਸੁਰਾ ਨਾਰੇ ਮਨ ਗੁਰਮਲ ਕਾਰ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਕਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਵੇ ਸੋਇ ਬਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਾਹਰ ਨ ਹੋਏ ਗੋ ਫੇਰਾ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਗੈ ਮੁਖ ਪਰ ਸੰਤਨ ਕੀ ਧੂਰੇ ਅੰਤਰ ਜਾਮੇ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਪਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਥਾਈ ਹੋਣਾ ਜੀ ਸਹਾਏ ਸਭ ਥਾਈ ਹੋਣਾ ਚਾਹੀਦਾ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਬਾਣੀ ਕੇ ਬਹੁਤ ਜੁਗੋ ਜੁਗ ਅਟਲ ਚੜ ਤੱਕ ਦੇ ਮਾਲਕ ਖਾਸ ਰਾਸ ਜੁਗ ਜਹਰਾ ਜੁਗ ਸਭ ਕਲਾ ਭਰਪੂਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਦਰਸ਼ਨਦਾਰ ਜੀ ਕਾ ਧਿਆਨ ਧਰ ਕੇ ਖਾਲਸਾ ਜੀਓ ਸਾਹਿਬ ਬੋਲੋ ਜੀ ਬਾਣੀ ਪੜ੍ਹਦਿਆਂ ਇਹ ਵੀ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲਾਂ ਹੋਈਆਂ ਹਨ ਦਾਤਾ ਜੀ ਦਾਸ ਅਣਜਾਣ ਬੱਚਿਆਂ ਨੂੰ ਆਪ ਜੀ ਬਖਸ਼ਣ ਮਾਰਤ ਮੁਰਤ ਪਿਤਾ ਕੋ ਬਖਸ਼ ਲੈਣਾ ਗਾਂ ਵਾਸਤੇ ਸੁੱਧੇ ਸਪਸ਼ਟ ਪੜ੍ਹੀ ਪੜ੍ਹਨ ਦੀ ਬਲ ਦੀ ਸਮਰੱਥਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਜੋ ਜੋ ਮਾਈ ਭਾਈ ਆਪ ਦੇ ਦਰ ਤੇ ਪਿਟਾਵਾਂ ਲੈ ਕਰਕੇ ਹਾਜ਼ਰ ਹੋਇਆ ਹੈ ਸਭਨਾਂ ਦੀਆਂ ਪਿਟਾਵਾਂ ਆਪ ਦੀਆਂ ਦਰ ਕਬੂਲ ਕਰਨੀਆਂ ਜੀ ਚਾਰ ਪੈਰ ਦਿਨ ਆਇਆ ਸੀ ਆਪ ਜੀ ਦੇ ਭਾਣੇ ਵਿੱਚ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਘਰ ਰਾਤਰੀ ਆਈ ਹੈ ਆਪਣੇ ਭਾਣੇ ਵਿੱਚ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਤੇ ਜਾਗਣੇ ਨਿੰਦਣੇ ਸਿਮਰਨ ਦੀਆਂ ਦਾਤਾਂ ਬਖਸ਼ ਕਰਨੀ ਸੱਚੇ ਪਾਤਸ਼ਾਹ ਇਸ ਵਕਤ ਆਪ ਜੀ ਆਪਣੇ ਸੁਖ ਸਥਾਨ ਤੇ ਚੱਲ ਕਰਕੇ ਵਿਰਾਜਮਾਨ ਹੋਵੋ
ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ, ਸਹੀ ਪਿਆਰੇ ਮਿਲੋ, ਜਿਹਨਾਂ ਮਿਲ ਕਰਕੇ ਆਪ ਦੇ ਨਾਮ ਸਵਾਸ ਵਾਸ